ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ? ਉਮੀਦ ਕਰਦਾ ਸਾਰੇ ਵਧੀਆ ਹੋਵੋਗੇ। ਅੱਜ ਦੀ ਵੀਡੀਓ 'ਚ ਇੱਕ ਛੋਟੀ ਜਿਹੀ ਅਪਡੇਟ ਹੈ ਜੋ ਤੁਹਾਡੇ ਨਾਲ ਸ਼ੇਅਰ ਕਰਾਂਗਾ। ਉਹ ਅਪਡੇਟ ਤੋਂ ਪਹਿਲਾਂ ਲਾਈਕ ਜਿਹਨਾਂ ਦੀ ਫਾਈਲਾਂ ਲੱਗੀਆਂ ਉਹਨਾਂ ਨੇ ਰਿਜ਼ਲਟ ਨਹੀਂ ਆ ਰਹੇ, ਕਾਫੀ ਟਾਈਮ ਹੋ ਚੁੱਕਾ ਹੈ, ਜਾਂ ਲੇਟੈਸਟ ਫਾਈਲ ਹੈ, ਜਾਂ ਜਿਹੜਾ ਇਹਨਾਂ ਦਾ ਸਰਵਿਸ ਟਾਈਮ ਸੀਗਾ, ਠੀਕ ਹੈ ਜੀ, ਜਿਵੇਂ ਵਿਜ਼ਟਰ ਵੀਜ਼ਾ ਦਾ 130-140 ਦਿਨ ਸੀ ਜਦ ਤੁਸੀਂ ਫਾਈਲ ਲਾਈ ਸੀ, ਅੱਜ ਦੀ ਡੇਟ 'ਚ ਉਸ ਟਾਈਮ ਪੀਰੀਅਡ ਨੂੰ ਵੀ ਕ੍ਰੋਸ ਕਰ ਚੁੱਕੇ ਹਾਂ, ਰਿਜ਼ਲਟ ਨਹੀਂ ਆ ਰਹੇ, ਠੀਕ ਹੈ ਜੀ, ਬੈਕਲੋਗ 'ਚ ਫਾਈਲ ਪਈ ਹੈ। ਸੋ ਕਾਫੀ ਸਾਰੀਆਂ ਚੀਜ਼ਾਂ ਨੇ, ਠੀਕ ਹੈ, ਲੇਕਿਨ ਅੱਜ ਦੀ ਜੋ ਅਪਡੇਟ ਹੈ ਸਿਰਫ ਉਹਨਾਂ ਲਈ ਹੈ ਜਿਨ੍ਹਾਂ ਦੀ ਫਾਈਲ ਕੈਨੇਡਾ ਵੈਸੀ ਲੱਗੀ ਹੋਈ ਹੈ, ਚਾਹੇ ਉਹ ਟੂਰਿਸਟ ਵੀਜ਼ਾ ਹੈ, ਸਟੱਡੀ ਹੈ, ਵਿਜ਼ਟਰ ਵੀਜ਼ਾ ਹੈ, ਵਰਕ ਪਰਮਿਟ ਹੈ, ਕੁਛ ਵੀ ਹੈ, ਠੀਕ ਹੈ ਜੀ। ਸੋ ਵੀਡੀਓ ਨੂੰ ਸ਼ੁਰੂ ਤੋਂ ਲੱਗ ਕੇ ਐਂਡ ਤੱਕ ਪੂਰਾ ਦੇਖਿਓ, ਅਤੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਆਉਣ ਵਾਲੇ ਦਿਨਾਂ 'ਚ ਵੀ ਤੁਹਾਨੂੰ ਇਹੋ ਜਿਹੀ ਅਪਡੇਟ ਮਿਲਦੀਆਂ ਰਹਿਣਗੀਆਂ। ਸੋ ਗੱਲ ਕਰੀਏ ਜੀ, ਮੈਂ ਇੱਕ ਛੋਟੀ ਜਿਹੀ ਇੱਕ ਇਗਜ਼ਾਮਪਲ ਲੈ ਰਿਹਾ, ਮੈਨੂੰ ਨਹੀਂ ਪਤਾ ਵੀ ਇਹ ਚੀਜ਼ ਸਹੀ ਹੈ ਜਾਂ ਆਈ ਹੁੰਦਾ ਜਾਂ ਕਿਸੇ ਹੋਰ ਤਰੀਕੇ ਨਾਲ ਕੰਮ ਹੁੰਦਾ। ਸੋ ਮੈਂ ਪਹਿਲਾਂ ਹੀ ਕਲੀਅਰ ਕਰ ਰਿਹਾ, ਇੱਕ ਆਈਡੀਆ ਤੁਹਾਨੂੰ ਸਿਰਫ ਸਮਝਾਉਣ ਲਈ ਛੋਟੀ ਜਿਹੀ ਇੱਕ ਇਗਜ਼ਾਮਪਲ ਜਾਂ ਇੱਕ ਸਟੋਰੀ ਬਣਾ ਰਿਹਾ ਵਾਂ, ਠੀਕ ਹੈ ਜੀ। ਸਮਝ ਲਓ ਕਿ ਇੱਕ ਵੀਜ਼ਾ ਆਫਿਸਰ ਨੇ ਜਿਹੜੀ ਉਹ ਫਾਈਲ ਚੈੱਕ ਕਰ ਲਈ, ਇੱਕ ਹਸਬੈਂਡ ਵਾਈਫ ਦੀ ਫਾਈਲ ਸੀ, ਉਹ ਚੈੱਕ ਕਰ ਲਈ, ਉਹ ਨਹੀਂ ਸੈਟਿਸਫਾਈ, ਉਹਨੇ ਦਿੱਤੀ ਰਿਫਿਊਜ਼ਲ, ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਟੀਮ ਕੋਲ ਜਾਂਦੀ ਹੈ, ਉਹ ਉਸਦਾ ਰਿਫਿਊਜ਼ਲ ਲੈਟਰ ਰੈਡੀ ਕਰਦੇ ਨੇ, ਦੋਨਾਂ ਦਾ ਹਸਬੈਂਡ ਵਾਈਫ ਦਾ, ਉਹਨਾਂ ਦਾ ਕੋਰਸਪੋਂਡੈਂਸ ਲੈਟਰ ਰੈਡੀ ਹੁੰਦਾ ਵਾ, ਜਿਹੜਾ ਉਹਦਾ ਬਾਇਓਮੈਟ੍ਰਿਕ ਜਿਹੜਾ ਆਪਣਾ ਬਾਰ ਕੋਡ ਹੁੰਦਾ, ਫਾਈਲ ਨੰਬਰ ਪਾ ਕੇ ਸਾਰਾ ਕੁਛ। ਦੈਨ ਥਰਡ ਸਟੈਪ ਤੇ ਉਹ ਦੋਨੋਂ ਲੈਟਰ ਜਿਹੜੀਆਂ ਨੇ ਉਹਨਾਂ ਦੀ ਯੂਜ਼ਰ ਆਈ ਡੀ ਦੇ ਵਿੱਚ ਉਹਨਾਂ ਦੇ ਪੋਰਟਲ ਦੇ ਵਿੱਚ ਅਪਲੋਡ ਹੁੰਦੇ ਨੇ। ਦੈਨ ਤੁਹਾਨੂੰ ਕੰਪਿਊਟਰਾਈਜ਼ ਮੇਲ ਆਉਂਦੀ ਕਿ ਤੁਹਾਡੀ ਜੀਸੀ ਵਿੱਚ ਕੁਛ ਅਪਡੇਟ ਹੋਇਆ, ਦੈਨ ਉਹ ਸਾਰਾ ਪਾਰਟ ਜਿਹੜਾ ਰਿਵਿਊ ਆਫ ਐਲੀਜੀਬਿਲਿਟੀ, ਫਾਈਨਲ ਡਿਸੀਜ਼ਨ, ਸਾਰਾ ਕੁਛ ਜਿਹੜਾ ਵਾ ਉੱਥੇ ਵੀ ਤੁਹਾਡੇ ਜਿਹੜੇ ਅਪਡੇਟ ਆ ਉਹ ਕਰਦੇ ਨੇ ਕਿ ਹਾਂ ਵੀ ਤੁਹਾਡੀ ਫਾਈਲ ਜਿਹੜੀ ਰਿਫਿਊਜ਼ ਹੋ ਚੁੱਕੀ ਈਚ ਐਂਡ ਐਵਰੀ। ਮੈਨੂੰ ਨਹੀਂ ਪਤਾ ਕਿ ਐਂ ਹੁੰਦਾ ਜਾਂ ਕੁਛ ਹੋਰ ਤਰੀਕੇ ਨਾਲ ਹੁੰਦਾ, ਬਟ ਜਿਹੜੀ ਅੱਜ ਦੀ ਅਪਡੇਟ ਹੈ ਉਹ ਮੈਂ ਇਹ ਦੇਣਾ ਚਾਹੁੰਦਾ ਕਿ ਜੀ, ਕਾਫੀ ਵੀਰਾਂ ਦੇ ਰਿਜ਼ਲਟ ਮੈਂ ਪਿਛਲੇ ਕਾਫੀ ਟਾਈਮ ਤੋਂ ਕੇਸ ਨੋਟ, ਕਾਫੀ ਲੋਕਾਂ ਦੇ ਅਪਲਾਈ ਕੀਤੇ, ਕਿਹਨਾਂ ਦੀ ਫਾਈਲ ਰਿਫਿਊਜ਼ ਹੋ ਚੁੱਕੀ ਸੀ, ਕਿਹਨਾਂ ਦੇ ਪ੍ਰੋਸੈਸ 'ਚ ਸੀਗੇ, ਤਾਂ ਪ੍ਰੋਸੈਸ 'ਤੇ ਅਪਡੇਟ ਆ ਗਈ ਵੀ ਤੁਹਾਡਾ ਬੈਕਗਰਾਊਂਡ ਚੈੱਕ ਕਰ ਰਹੇ ਹਾਂ ਜਾਂ ਕੁਛ ਹੋਰ ਕਰ ਰਹੇ। ਰਿਫਿਊਜ਼ਲ ਕੇਸਿਸ ਅਗਰ ਮੈਂ 10 ਕੇਪਸ ਅਪਲਾਈ ਕੀਤੇ ਆ, ਤਾਂ ਉਹਨਾਂ 'ਚੋਂ ਅਗਰ 3-4 ਰਿਜ਼ਲਟ ਆਏ ਨੇ, ਤਾਂ ਉਹਨਾਂ 'ਚੋਂ 1-2 ਕੇਪਸ ਦੇ ਵਿੱਚ ਉਹਨਾਂ ਦੀ ਰਿਫਿਊਜ਼ਲ ਦੇਖਣ ਨੂੰ ਮਿਲੀ ਹੈ, ਅਤੇ ਜਦਕਿ ਏਜੰਟ ਇਹੀ ਕਹਿ ਰਿਹਾ ਕਿ ਤੁਹਾਡੀ ਫਾਈਲ ਜਿਹੜੀ ਅੱਜ ਵੀ ਪ੍ਰੋਸੈਸ 'ਚ ਹੈ। ਸੋ ਕਹਿਣ ਦਾ ਮਤਲਬ ਇਹ ਆ, ਅੱਜ ਦੀ ਵੀਡੀਓ 'ਚ ਤੁਹਾਨੂੰ ਜਿਹੜੀ ਐਗਜ਼ਾਮਪਲ ਦੇ ਕੇ ਸਮਝਾਇਆ, ਹੋ ਸਕਦਾ ਵੀ ਐਂ ਹੀ ਚੀਜ਼ ਚੱਲਦੀ ਹੋਵੇ ਕਿ ਵੀਜ਼ਾ ਆਫਿਸਰ ਦਾ ਰਿਜ਼ਲਟ ਦੇ ਰਹੇ ਨੇ, ਇਸ ਸਮੇਂ ਕੁਛ ਪ੍ਰੋਬਲਮ ਹੈ, ਕੁਛ ਟੈਕਨੀਕਲ ਐਰਰ ਹੈ, ਕੁਛ ਹੋਰ ਤਰੀਕੇ ਨਾਲ ਕੰਮ ਹੁੰਦਾ, ਮੈਨੂੰ ਨਹੀਂ ਪਤਾ, ਠੀਕ ਹੈ ਜੀ। ਆਪਾਂ ਕਦੇ ਨਾ ਮੈਸੇਜ ਗਏ ਜਾਂ ਨਾ ਕਦੇ ਉਹ ਪਰਮਿਸ਼ਨ ਦੇ ਗਈ ਕਿ ਤੁਸੀਂ ਐਂਟਰ ਕਰੋ, ਠੀਕ ਹੈ ਜੀ। ਅਤੇ ਕਹਿਣਾ ਸਿਰਫ ਇਹੀ ਹੈ ਕਿ ਹੋ ਸਕਦਾ ਤੁਹਾਡੀ ਫਾਈਲ ਦੇ ਰਿਜ਼ਲਟ ਆ ਚੁੱਕੇ ਹੋਣ, ਅਗਰ ਤੁਹਾਡੀ ਫਾਈਲ ਨੂੰ ਕਾਫੀ ਟਾਈਮ ਹੋ ਚੁੱਕਾ ਤਾਂ ਕੇਪਸ ਨੋਟ ਅਪਲਾਈ ਕਰੋ। ਕੇਪਸ ਨੋਟ ਇੱਕ ਅੱਛਾ ਆਪਸ਼ਨ ਹੈ, 30-35 ਦਿਨ ਦੇ ਵਿੱਚ ਕੇਪਸ ਨੋਟ ਦੇ ਰਿਜ਼ਲਟ ਆ ਰਹੇ ਨੇ। ਅਗਰ ਤੁਹਾਡੀ ਫਾਈਲ ਨੂੰ 5-6 ਮਹੀਨੇ ਹੋ ਚੁੱਕੇ ਨੇ, ਰਿਜ਼ਲਟ ਨਹੀਂ ਆ ਰਹੇ, ਕੋਈ ਆਈਡੀਆ ਨਹੀਂ, ਕੋਈ ਉਮੀਦ ਨਹੀਂ, ਠੀਕ ਹੈ ਜੀ, ਕਦੋਂ ਰਿਜ਼ਲਟ ਆਵੇ। ਸੋ ਅਗਰ ਤੁਹਾਡੀ ਫਾਈਲ ਦੇ ਕੇਪਸ ਨੋਟ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, ਮੇਰੇ ਨਾਲ ਵੀ ਗੱਲਬਾਤ ਕਰਨਾ ਚਾਹੁੰਦੇ ਤਾਂ ਇੰਸਟਾਗ੍ਰਾਮ ਆਈਡੀ ਤੁਹਾਨੂੰ ਸਕਰੀਨ 'ਤੇ ਦਿਖ ਰਹੀ ਹੈ, ਤੁਸੀਂ ਉੱਥੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ, ਠੀਕ ਹੈ ਜੀ। ਅਗਰ ਰਿਜ਼ਲਟ ਨਹੀਂ ਆ ਰਹੇ ਤਾਂ ਮੈਂ ਰਿਕਮੈਂਡ ਕਰੂੰਗਾ ਵੀ ਤੁਸੀਂ ਕੇਪਸ ਨੋਟ ਅਪਲਾਈ ਕਰ ਲਓ, ਬਾਕੀ ਜਿੱਦਾਂ ਤੁਹਾਨੂੰ ਠੀਕ ਲੱਗਦਾ ਤੁਸੀਂ ਉਹ ਤਾਂ ਕਰ ਸਕਦੇ ਹੋ, ਕਿਉਂਕਿ ਆਲਰੇਡੀ ਅਗਰ ਜਿਨ੍ਹਾਂ ਦੀ ਫਾਈਲ ਨੂੰ 4-5 ਮਹੀਨੇ ਜਾਂ ਉਸ ਤੋਂ ਜ਼ਿਆਦਾ ਹੋ ਚੁੱਕਾ, ਮੈਂ ਉਹਨਾਂ ਨੂੰ ਰਿਕਮੈਂਡ ਕਰਾਂਗਾ। ਨੋਰਮਲ ਫਾਈਲ ਅਗਰ ਵਿਜ਼ਟਰ ਵੀਜ਼ਾ ਦੀ ਗੱਲ ਕਰੀਏ ਤਾਂ ਮੈਂ ਕੱਲ੍ਹ ਵਾਲੀ ਵੀਡੀਓ 'ਚ ਵੀ ਦੱਸਿਆ ਸੀ 129 ਦਿਨ ਦਿਖਾ ਰਿਹਾ, ਅਗਰ ਵਿਜ਼ਟਰ ਵੀਜ਼ਾ ਫਾਈਲ ਨੂੰ 129 ਦਿਨ ਹਾਲੇ ਨਹੀਂ ਹੈ ਹੋਏ ਹੈ ਤਾਂ ਉਹ ਥੋੜ੍ਹਾ ਜਿਹਾ ਵੇਟ ਕਰੋ, ਠੀਕ ਹੈ ਜੀ। ਕੈਨੇਡਾ ਵੈਸੀ ਪਹਿਲਾਂ ਹੀ ਕਾਫੀ ਸਪੀਡ ਫਾਸਟ ਕਰ ਚੁੱਕੀ ਹੈ, ਨਵਾਂ ਸਟਾਫ ਹਾਇਰ ਕਰ ਚੁੱਕੀ ਹੈ, ਕਾਫੀ ਚੀਜ਼ਾਂ ਚੇਂਜਸ ਕਰ ਚੁੱਕੀ ਹੈ, ਰਿਜ਼ਲਟ ਫਾਸਟ ਦੇ ਰਹੀ ਹੈ, ਲੇਕਿਨ ਪੁਰਾਣੀਆਂ ਫਾਈਲਾਂ ਦੇ ਰਿਜ਼ਲਟ ਹਾਲੇ ਵੀ ਕਿਤੇ ਟਾਈਮ 'ਤੇ ਨਹੀਂ ਆ ਰਹੇ, ਕਾਫੀ ਪਰੇਸ਼ਾਨੀ ਕਾਫੀ ਲੋਕਾਂ ਨੂੰ ਹੋ ਰਹੀ। ਸੋ ਉਹਨਾਂ ਨੂੰ ਮੈਂ ਰਿਕਮੈਂਡ ਕਰੂੰਗਾ, ਵੇਟ ਕਰਨਾ ਤਾਂ ਵੇਟ ਕਰ ਸਕਦੇ ਹੋ, ਕੇਪਸ ਅਪਲਾਈ ਕਰਨਾ ਤਾਂ ਕੇਪਸ ਅਪਲਾਈ ਕਰ ਸਕਦੇ ਹੋ। ਮੇਰੀ ਕੁਛ ਹੈਲਪ ਚਾਹੀਦੀ ਹੈ, ਮੇਰੇ ਨਾਲ ਕੋਈ ਗੱਲਬਾਤ ਕਰਨੀ ਹੈ, ਸਕਰੀਨ 'ਤੇ ਤੁਹਾਨੂੰ ਮੇਰੀ ਇੰਸਟਾ ਆਈਡੀ ਦਿਖ ਰਹੀ ਹੈ, ਤੁਸੀਂ ਮੇਰੇ ਨਾਲ ਉੱਥੇ ਵੀ ਗੱਲਬਾਤ ਕਰ ਸਕਦੇ ਹੋ। ਸੋ ਦੋਸਤੋ, ਅੱਜ ਦੀ ਵੀਡੀਓ 'ਚ ਬਸ ਆਈ ਛੋਟੀ ਜਿਹੀ ਅਪਡੇਟ ਸੀ, ਅੱਜ ਦੀ ਵੀਡੀਓ 'ਚ ਬਸ ਇੰਨਾ ਹੀ। ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣਾ ਸਪੋਰਟ ਬਣਾਈ ਰੱਖਿਓ। ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ 'ਚ ਕੁਛ ਨਵੇਂ ਟੋਪਿਕ, ਨਵੀਂ ਅਪਡੇਟ ਦੇ ਨਾਲ। ਚਲਦੇ ਹਨ, ਖੁਸ਼ ਰਹੋ, ਆਪਣਾ ਧਿਆਨ ਰੱਖਿਓ, ਸਤਿ ਸ਼੍ਰੀ ਅਕਾਲ।